ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਫਾਰਮ ਹਾਊਸ ਸਿਸਵਾ ਨੇੜੇ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਇੱਥੇ ਗਿਆ। ਅਕਾਲੀ ਦਲ ਬਸਪਾ ਗੱਠਜੋੜ ਹੋਣ ਕਾਰਨ ਦੋਵੇਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਕੈਪਟਨ ਸਰਕਾਰ ਨੂੰ ਘੇਰਿਆ ਗਿਆ। ਜਿਉਂ ਹੀ ਅਕਾਲੀ ਬਸਪਾ ਕਾਰਕੁਨ ਫਾਰਮ ਹਾਊਸ ਦੇ ਨੇੜੇ ਪਹੁੰਚੇ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰਾਹ 'ਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ। ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਕਰੀਬ 2:30 ਵਜੇ ਗ੍ਰਿਫਤਾਰ ਕੀਤਾ ਅਤੇ ਕੁਰਾਲੀ ਸਦਰ ਥਾਣੇ ਲੈ ਆਈ। ਇਸ ਮੌਕੇ ਕਈ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਇਸ ਦੀ ਜਾਣਕਾਰੀ ਜਦੋਂ ਅਕਾਲੀ ਅਤੇ ਬਸਪਾ ਦੇ ਆਗੂਆਂ ਨੂੰ ਲੱਗੀ ਤਾਂ ਦਲਜੀਤ ਸਿੰਘ ਚੀਮਾ, ਸਰਨਜੀਤ ਸਿੰਘ ਢਿੱਲੋਂ, ਪਲਿੰਦਰਜੀਤ ਸਿੰਘ ਬਾਠ, ਰਣਜੀਤ ਸਿੰਘ ਗਿੱਲ, SGPC ਮੈਂਬਰ ਚੰਨਜੀਤ ਸਿੰਘ ਕਾਲੇਵਾਲ, ਬਸਪਾ ਪੰਜਾਬ ਦੇ ਸਕੱਤਰ ਰਜਿੰਦਰ ਸਿੰਘ ਰਾਜਾ ਸਮੇਤ ਹੋਰ ਕਈ ਵੱਡੇ ਆਗੂ ਕੁਰਾਲੀ ਥਾਣੇ ਪਹੁੰਚ ਗਏ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਦੀ ਕੈਪਟਨ ਸਰਕਾਰ ਸੱਤਾ 'ਚ ਆਈ ਹੈ ਉਦੋਂ ਤੋਂ ਮੰਤਰੀ ਅਤੇ ਕਾਂਗਰਸੀ ਆਗੂ ਪੰਜਾਬ ਨੂੰ ਲੁੱਟ ਕੇ ਖਾ ਗਏ ਨੇ। ਅਕਾਲੀ ਬਸਪਾ ਆਗੂਆਂ ਨੇ ਕਿਹਾ ਕਿ ਘਪਲਿਆਂ ਅਧੀਨ ਪੰਜਾਬ ਨੂੰ ਲੁੱਟਣ ਵਾਲੀ ਕੈਪਟਨ ਸਰਕਾਰ ਲਗਾਤਾਰ ਪੰਜਾਬੀਆਂ ਨੂੰ ਨਮੋਸ਼ੀ ਦੇ ਆਲਮ 'ਚ ਧੱਕ ਰਹੀ ਹੈ, ਜੋ ਅਕਾਲੀ ਦਲ ਬਸਪਾ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਬੇਸ਼ੱਕ ਜਿਹੜਾ ਮਰਜ਼ੀ ਪੈਂਤਰਾ ਅਜ਼ਮਾ ਲਵੇ, ਅਕਾਲੀ ਦਲ ਬਸਪਾ ਕੈਪਟਨ ਸਰਕਾਰ ਦੀਆਂ ਵਧੀਕੀਆਂ ਤੋਂ ਡਰਨ ਵਾਲੀ ਨਹੀਂ। ਕਿਲੇ ਦੀ ਉਹਦੀ ਦਵਾਈ, ਪਰ ਕੈਪਟਨ ਜਿਹੜਾ ਹੈਗਾ ਉਹਨੇ ਧੱਕਾ ਦੇਖੋ ਕਿੰਨਾ ਕਰ ਰਿਹਾ, 20-20 ਲੱਖ ਕਰੋੜਾਂ ਦੀ ਜ਼ਮੀਨ 20-20 ਲੱਖ ਦੇ ਧੱਕਾ। ਇਹ ਤੋਂ ਮਾੜਾ ਮੁੱਖ ਮੰਤਰੀ ਕੀ ਹੋ ਸਕਦਾ? ਬਾਦਲ ਸਾਹਿਬ, ਅੱਜ ਦੋਨੇ ਪਾਰਟੀਆਂ ਰਲ ਕੇ ਪ੍ਰੋਟੈਸਟ ਕਰ ਰਹੀਆਂ, ਲੱਗ ਰਿਹਾ ਕਿ ਡਬਲ ਇੰਜਨ ਕੰਮ ਕਰ ਰਿਹਾ ਅੱਜ ਇਹ ਡਬਲ ਇੰਜਨ ਹੈ, ਇੰਨਾ ਪਾਵਰਫੁਲ ਇੰਜਨ ਬਣ ਗਿਆ ਤੇ ਹੁਣ ਮੰਨ ਲਾ ਜੋ ਜੀ ਅੱਗੇ ਆ ਜਾਏ, ਸਾਰਿਆਂ ਨੂੰ ਪਟਕ ਲੈ ਜਾਓ ਸਰ।